ਸੋ ਇੱਕ ਛੋਟੀ ਜਿਹੀ ਨਜ਼ਰ ਅਸੀਂ ਪਾਈ ਹੈ ਜੋ ਸੰਖੇਪ ਦੇ ਵਿੱਚ ਜਾਣਕਾਰੀ ਦਿੱਤੀ ਹੈ, ਪਰ ਵਿਸਥਾਰ ਦੇ ਵਿੱਚ ਜਾਈਏ ਤਾਂ ਬਹੁਤ ਸਮਾਂ ਲੱਗ ਜਾਂਦਾ ਹੈ, ਪਰ ਜਿੰਨਾ ਸਮਾਂ ਸਾਨੂੰ ਮਿਲਿਆ ਹੈ ਉਸ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਆਪ ਸਭ ਤੱਕ ਵਿਸਾਖੀ ਦਾ ਜੋ ਮਹਾਤਮ ਹੈ, ਖਾਲਸੇ ਦੀ ਸਿਰਜਣਾ ਦਾ ਜੋ ਦਿਵਸ ਹੈ ਉਸਦੀ ਕੀ ਮਹਾਨਤਾ ਹੈ, ਕਿਵੇਂ ਖਾਲਸਾ ਸਾਜਿਆ ਸੀ, ਕਿਉਂ ਵਿਸਾਖੀ ਦਾ ਹੀ ਦਿਨ ਚੁਣਿਆ ਗੁਰੂ ਪਾਤਸ਼ਾਹ ਨੇ, ਕੈਸੇ ਹਾਲਾਤ ਸੀ, ਇਹਨਾਂ ਬਾਰੇ ਵੀ ਅਸੀਂ ਗਿਆਨੀ ਜੀ ਤੋਂ ਜਾਣਾਂਗੇ, ਨਾਲ ਹੀ ਨਾਲ ਦਮਦਮਾ ਸਾਹਿਬ 'ਤੇ ਵੀ ਅਸੀਂ ਨਜ਼ਰ ਰੱਖਾਂਗੇ। ਸੋ ਗਿਆਨੀ ਜੀ, ਸਭ ਤੋਂ ਪਹਿਲਾਂ ਇਹੀ ਸਵਾਲ ਹੈ ਮਨ ਦੇ ਵਿੱਚ ਕਿ ਗੁਰੂ ਪਾਤਸ਼ਾਹ ਨੇ ਵਿਸਾਖੀ ਦਾ ਦਿਨ ਹੀ ਕਿਉਂ ਚੁਣਿਆ ਖਾਲਸੇ ਦੀ ਸਾਜਨਾ ਲਈ, ਔਰ ਉਸ ਵੇਲੇ ਕਿਹੜੇ ਹਾਲਾਤ ਸੀ ਜਦੋਂ ਗੁਰੂ ਪਾਤਸ਼ਾਹ ਨੂੰ ਲੱਗਿਆ ਕਿ ਹੁਣ ਖਾਲਸੇ ਪੰਥ ਦੀ ਸਾਜਨਾ ਕਰਨੀ ਚਾਹੀਦੀ ਹੈ? ਦੇਖੋ, ਇਹ ਫੈਸਲਾ ਤਾਂ ਉਦੋਂ ਹੀ ਲੈ ਲਿਆ ਗਿਆ ਸੀ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਸੀ ਜੀ। ਤੇ ਜੇ ਕਿਤੇ ਖਾਲਸਾ ਪੰਥ ਦੇ ਸਿਰਜਣਾ ਦੀ ਗੱਲ ਕਰੀਏ ਤੇ ਵਿਦਵਾਨ ਇੱਕ ਮਤ ਨੇ, ਸਹਿਮਤ ਨੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵੇਲੇ ਤੋਂ ਹੀ ਇਹ ਆਰੰਭਤਾ ਹੋ ਚੁੱਕੀ ਸੀ ਉਸ ਖਾਲਸੇ ਦੇ ਇਸ ਸਰੂਪ ਨੂੰ ਦੇਣ ਦੀ। ਉਹੋ ਜੀ ਖਾਲਸੇ ਦੀ ਤਸਵੀਰ ਕਹਿ ਲਿਓ ਕਿ ਤਿਆਰ ਕੀਤੀ ਜਾ ਰਹੀ ਸੀ, ਜਿਹਦੇ 'ਚ 10 ਗੁਰੂਆਂ ਨੇ ਵੱਖ ਵੱਖ ਰੰਗ ਭਰੇ। ਆਰੰਭ ਤੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਸ ਪੂਰਨ ਪੁਰਖ ਦੀ ਕਲਪਨਾ ਕੀਤੀ ਸੀ ਉਹਨੂੰ ਪੂਰਾ ਰੂਪ ਜੋ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਿੱਤਾ। ਅਤੇ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਪਹੁੰਚੇ ਸਨ, ਉਦੋਂ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੁੱਛਿਆ ਸੀ ਕਿ ਭਾਈ ਜੈਤਾ ਜੀ, ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਹੋਈ ਹੋਵੇਗੀ, ਉਦੋਂ ਕਈ ਸਿੱਖ ਦਿੱਲੀ ਦੇ ਹੋਰ ਇਲਾਕਿਆਂ ਦੇ ਅੱਗੇ ਆਏ ਹੋਣਗੇ, ਕੁਰਬਾਨੀ ਦਾ ਜਜ਼ਬਾ ਜਾਗਿਆ ਹੋਇਆ ਸੀ? ਅਤੇ ਕਹਿੰਦੇ ਨਹੀਂ, ਉਹਨਾਂ ਮਹਾਨ ਸਿੱਖਾਂ ਭਾਈ ਮਤੀ ਦਾਸ ਜੀ, ਸਤੀ ਦਾਸ ਜੀ ਜਾਂ ਦਿਆਲਾ ਜੀ ਤੋਂ ਇਲਾਵਾ ਸਿੱਖ ਅੱਗੇ ਨਹੀਂ ਸਨ ਆਏ, ਕਿਉਂਕਿ ਡਰ ਹੀ ਐਸਾ ਪੈਦਾ ਕਰ ਦਿੱਤਾ ਸੀ। ਹਮ ਹੈ ਸਿੱਖ ਨਾ ਕਿਨਹੋਂ ਬਤਾਵਾ, ਦੁਬਕ ਰਹੇ ਨਿਜ ਨਿਜ ਕਰ ਥਾਵਾਂ। ਅਤੇ ਉਸ ਵੇਲੇ ਸ੍ਰੀ ਗੋਬਿੰਦ ਸੁਣ ਕਰ ਐਸੇ ਗਰਜਤ ਬੋਲੇ, ਜਲਧਰ ਜੈਸੇ ਇਸ ਬਦ ਵਿਧ ਕੋ ਅਬ ਪੰਥ ਬਣਾਓ, ਸਗਲ ਜਗਤ ਮੈਂ ਬਹੁ ਵਿਧਤਾਓਂ, ਲਾਖੋਂ ਜਗ ਕੇ ਨਰ ਇੱਕ ਥਾਏ, ਤਿੰਨ ਮੈਂ ਮਿਲੈ ਏਕ ਸਿੱਖ ਜਾਏ, ਸਭ ਤੇ ਪ੍ਰਤੱਖ ਪਛਾਨੋ ਪਰੈ, ਰਲਿਆ ਨ ਕਬਹੂੰ ਕੈਸੇ ਕਰੇ। ਕਹਿੰਦੇ ਹੁਣ ਮੈਂ ਆਪਣੇ ਸਿੱਖ ਨੂੰ ਐਸਾ ਰੂਪ ਦਿਆਂਗਾ ਕਿ ਨਾਨਾ ਪ੍ਰਕਾਰ ਦੇ ਵੱਖ ਵੱਖ ਪ੍ਰਾਂਤਾਂ ਦੇ ਲੋਕਾਂ ਵਿੱਚ ਵੀ ਖੜਾ ਹੋਵੇਗਾ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਹਦਾ ਸਰੂਪ ਹੀ ਦੱਸ ਦੇਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਿੰਘ ਹੈ ਜੀ। ਕਿਉਂ ਪ੍ਰਗਟ ਹੋਇਆ? ਜੋ ਪੰਕਤੀਆਂ ਤੁਸੀਂ ਪੜ੍ਹੀਆਂ ਸਨ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਮੌਜ ਮਰਜ਼ੀ 'ਚ ਆ ਕੇ ਖਾਲਸਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਪੈਦਾ ਕੀਤਾ ਹੈ। ਅਤੇ ਜੇ ਮੁੱਢ ਤੋਂ ਜਾਈਏ ਨਾ, ਅਤੇ ਅੱਜ ਤਾਂ ਪੜ੍ਹੇ ਲਿਖੇ ਲੋਕ ਨੇ ਗੂਗਲ 'ਤੇ ਵੀ ਸਰਚ ਕਰ ਦਿੰਦੇ ਨੇ, ਇਤਿਹਾਸ ਵਿੱਚੋਂ ਵੀ ਪੜ੍ਹ ਲੈਂਦੇ ਨੇ ਕਿ ਕੌਣ ਪਹਿਲਾਂ ਪੈਦਾ ਹੋਇਆ। ਚਲੋ, ਸਾਰੇ ਧਰਮ ਸਤਿਕਾਰਯੋਗ ਨੇ, ਅਸੀਂ ਸਾਰਿਆਂ ਦਾ ਮਾਣ ਕਰਦੇ ਹਾਂ, ਉਸ ਪਾਸੇ ਨਹੀਂ ਜਾਂਦੇ। ਕੌਣ ਪਹਿਲਾਂ ਪੈਦਾ ਹੋਇਆ? ਕਿਤੇ ਲਿਖਿਆ ਵੀ ਹਿੰਦੂ ਧਰਮ ਪਹਿਲਾਂ ਆਰੰਭ ਹੋਇਆ, ਫਿਰ ਮੁਸਲਮਾਨ ਧਰਮ, ਫਿਰ ਈਸਾਈ, ਫਿਰ ਸਿੱਖ। ਪਰ ਅਸਲ ਵਿੱਚ ਜੇ ਅਖੀਰ ਤੱਕ ਜਾਓ, ਮਾਲਕ ਵਾਹਿਗੁਰੂ ਜੀ ਦੀ ਮੌਜ ਵੱਲ ਜਾਓ, ਤਾਂ ਉਹਨੇ ਸਭ ਤੋਂ ਪਹਿਲਾਂ ਖਾਲਸੇ ਨੂੰ ਜਨਮ ਦਿੱਤਾ ਹੈ, ਸਿੱਖ ਨੂੰ ਜਨਮ ਦਿੱਤਾ, ਜੋ ਸਰੂਪ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਡੇ ਸਾਹਮਣੇ ਲਿਆਂਦਾ ਹੈ, ਦਿੱਤਾ ਮਾਲਕ ਵਾਹਿਗੁਰੂ ਜੀ ਨੇ ਸਰੂਪ ਹੈ। ਜਦ ਕੋਈ ਮੰਡਨ ਕਰਾਉਂਦਾ ਹੈ ਉਦੋਂ ਫਿਰ ਉਹਨੂੰ ਹਿੰਦੂ ਮੰਨਿਆ ਜਾਂਦਾ ਹੈ, ਜਦ ਕੋਈ ਸੁੰਨਤ ਕਰਾਉਂਦਾ ਹੈ ਉਹਨੂੰ ਮੁਸਲਮਾਨ ਮੰਨਿਆ ਜਾਂਦਾ ਹੈ। ਪਰ ਆਰੰਭ ਵਿੱਚ ਜੋ ਅਕਾਲ ਪੁਰਖ ਵਾਹਿਗੁਰੂ, ਉਸ ਖੁਦਾ ਅੱਲਾ, ਉਸ ਪਰਮਾਤਮਾ ਨੇ ਜਿਸ ਮਨੁੱਖ ਨੂੰ ਜਨਮ ਦਿੱਤਾ, ਉਹਦਾ ਸਾਬਤ ਸੂਰਤ ਜੋ ਰੂਪ ਹੈ ਉਹ ਖਾਲਸੇ ਦਾ ਰੂਪ ਹੈ। ਉਹੋ ਜਿਹਾ ਬਿਲਕੁਲ ਖਾਲਸਾ ਅਰਥ ਹੀ ਇਹ ਹੈ, ਖਾਲਿਸ, ਪਿਓਰ, ਜਿਹਦੇ 'ਚ ਕੋਈ ਮਿਲਾਵਟ ਨਹੀਂ। ਜਿਹੋ ਜਿਹਾ ਵਾਹਿਗੁਰੂ ਨੇ ਰੂਪ ਦਿੱਤਾ ਉਹੋ ਜਿਹਾ ਪੈਦਾ ਰੱਖਣਾ, ਉਹੋ ਜਿਹਾ ਸੰਭਾਲਣਾ, ਜਿਹੋ ਜਿਹਾ ਪੈਦਾ ਕੀਤਾ। ਦੂਜੀ ਗੱਲ ਜੋ ਆਪ ਜੀ ਨੇ ਸਵਾਲ ਕੀਤਾ, ਵਿਸਾਖੀ ਦਾ ਦਿਨ ਹੀ ਕਿਉਂ ਚੁਣਿਆ ਗਿਆ? ਅਸਲ 'ਚ ਪਹਿਲਾ ਮੁੱਖ ਕਾਰਨ ਤਾਂ ਇਹ, ਕਿਉਂਕਿ ਵਿਸਾਖੀ ਵਾਲੇ ਦਿਨ ਵੱਡਾ ਇਕੱਠ ਗੁਰੂ ਦਰਬਾਰ ਵਿੱਚ ਹੁੰਦਾ ਸੀ। ਉਦੋਂ ਲੋਕਾਂ ਦੇ ਕੋਲ ਕੇਵਲ ਕਿਰਸਾਨੀ ਸੀ, ਜ਼ਿਆਦਾ ਕਾਰੋਬਾਰ ਨਹੀਂ ਸਨ, ਹੋਰ ਵੱਡੀਆਂ ਗੱਲਾਂ, ਫੈਕਟਰੀਆਂ, ਇਹ ਚੀਜ਼ਾਂ ਨਹੀਂ ਸਨ। ਲੋਕ ਫਸਲ 'ਤੇ ਆਧਾਰਿਤ ਸਨ। ਜਦ ਘਰ 'ਚ ਫਸਲ ਆਉਂਦੀ ਸੀ ਅਤੇ ਪੈਸਾ ਆਉਂਦਾ ਸੀ, ਖੁਸ਼ਹਾਲੀ ਆਉਂਦੀ ਸੀ, ਨਵੇਂ ਵਸਤਰ ਪਾਉਣੇ ਅਤੇ ਸਾਲ 'ਚ ਇੱਕ ਵਾਰੀ ਗੁਰੂ ਦਰਬਾਰ ਵੱਲ ਤੁਰਨਾ, ਦੂਰ ਦੂਰ ਤੋਂ ਆਉਂਦੇ ਸਨ ਲੋਕ। ਅਤੇ ਵਿਸਾਖੀ ਵਾਲੇ ਦਿਨ ਵੱਡਾ ਇਕੱਠ ਹੁੰਦਾ ਸੀ।
ਪਹਿਲਾ ਕਾਰਨ ਇਹ ਸੀ ਸਤਿਗੁਰੂ ਜੀ ਨੇ ਵੇਖਿਆ ਕਿ ਵਿਸ਼ੇਸ਼ ਤੌਰ 'ਤੇ, ਕਿਉਂ ਗੁਰੂ ਹਮੇਸ਼ਾ ਦਿਆਲੂ ਹੈ, ਜੇ ਸਪੈਸ਼ਲ ਤੌਰ 'ਤੇ ਕਿਸੇ ਦਿਨ ਬੁਲਾਵਾਂਗਾ ਤਾਂ ਜ਼ਿਆਦਾ ਖਰਚਾ ਗਰੀਬ ਸਿੱਖਾਂ ਉੱਤੇ ਪੈ ਜਾਵੇਗਾ। ਵਿਸਾਖੀ 'ਤੇ ਆਉਂਦੇ ਹੀ ਨੇ, ਉਸ ਦਿਨ ਨੂੰ ਚੁਣਿਆ। ਦੂਜੀ ਗੱਲ ਜੋ ਗੁਰਬਾਣੀ ਦੇ ਆਧਾਰ 'ਤੇ ਹੈ, ਅੱਜ ਵਿਸਾਖ ਦਾ ਮਹੀਨਾ ਆਰੰਭ ਹੋ ਰਿਹਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਫੈਸਲਾ ਦਿੱਤਾ ਹੈ ਵਿਸਾਖ ਭਲਾ ਸ਼ਾਖਾ ਵੇਸ ਕਰੇ। ਕਹਿੰਦੇ ਵਿਸਾਖ ਦਾ ਇਹ ਜੋ ਮਹੀਨਾ ਬਹੁਤ ਭਲਾ ਹੈ ਕਿਉਂਕਿ ਸ਼ਾਖਾਵਾਂ ਨਵਾਂ ਵੇਸ ਧਾਰਨ ਕਰਦੀਆਂ ਨੇ। ਅਸਲ ਵਿੱਚ ਵਿਸਾਖ ਨੂੰ ਨਾਮ ਵੀ ਇਸ ਕਰਕੇ ਮਿਲਿਆ, ਵੇਸ ਪਲੱਸ ਸ਼ਾਖ, ਦੋ ਸ਼ਬਦਾਂ ਦਾ ਜੋੜ ਹੈ, ਵੇਸ ਪਲੱਸ ਸ਼ਾਖ ਵਿਸਾਖ। ਤੁਸੀਂ ਵੇਖੋ ਵਿਸਾਖ ਦੇ ਮਹੀਨੇ ਦੇ ਵਿੱਚ ਦਰਖਤਾਂ ਉੱਤੇ, ਪੇੜ ਪੌਦਿਆਂ ਉੱਤੇ, ਕਿਉਂਕਿ ਬਸੰਤ ਰੁੱਤ ਹੁਣ ਬੀਤੀ ਹੈ ਨਾ, ਜੋ ਆਰੰਭ ਹੋਇਆ ਸੀ ਸਰੂਪ ਮਿਲਣਾ ਉਹ ਪੂਰਨ ਤੌਰ 'ਤੇ ਮਿਲ ਜਾਂਦਾ ਹੈ ਅਤੇ ਸ਼ਾਖਾਵਾਂ ਵੇਸ ਕਰ ਲੈਂਦੀਆਂ ਨੇ। ਬਿਲਕੁਲ ਇਉਂ ਜੋ ਨਵਾਂ ਵੇਸ, ਜੋ ਬਾਣਾ ਦੇਣਾ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਉਹ ਮੌਜ 'ਚ ਆਏ ਅਤੇ ਇਹੀ ਦਿਨ ਚੁਣਿਆ ਜੋ ਵਿਸਾਖੀ ਦਾ ਦਿਨ ਸੀ, ਅਤੇ ਉਸ ਦਿਨ ਸਾਨੂੰ ਉਹ ਖਾਲਸੇ ਦਾ ਵੇਸ ਅਤੇ ਬਾਣਾ ਦਿੱਤਾ।